ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ 5 ਅਗਸਤ ਤੋਂ ਸ਼ੁਰੂ ਹੋ ਗਿਆ ਹੈ। ਅਲੱਗ-ਅਲੱਗ ਸ਼ਿਫਟਾਂ ਦੇ ਵਿੱਚ ਇਹ ਪੇਪਰ ਹੋ ਰਿਹਾ ਹੈ। ਸਤੰਬਰ ਤੱਕ ਇਹ ਪੇਪਰ ਚੱਲਣ ਆਏ। ਫਸਟ ਸ਼ਿਫਟ ਦੇ ਵਿੱਚ ਜੋ 5 ਅਗਸਤ ਨੂੰ ਮਾਰਨਿੰਗ ਸ਼ਿਫਟ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਦਾ ਪੇਪਰ ਆਇਆ, ਪੇਪਰ ਦਾ ਲੈਵਲ ਕੀ ਸੀ, ਕਿਸ ਤਰ੍ਹਾਂ ਦੇ ਕੁਐਸਚਨ ਆਏ, ਅਲੱਗ-ਅਲੱਗ ਸੈਕਸ਼ਨ ਦੇ ਸਾਰਾ ਕੁਝ ਮੈਂ ਇਸ ਵੀਡੀਓ ਵਿੱਚ ਦੱਸੂੰਗਾ ਤੇ ਕੀ ਪੰਜਾਬੀ ਦਾ ਪੇਪਰ ਵੀ ਨਾਲ ਹੋ ਰਿਹਾ ਇਹ ਵੀ ਮੈਂ ਤੁਹਾਨੂੰ ਦੱਸੂੰਗਾ। ਉਸ ਤੋਂ ਪਹਿਲਾਂ ਸਾਰੇ ਜਣੇ ਮੇਰਾ ਟੈਲੀਗ੍ਰam ਗਰੁੱਪ ਜ਼ਰੂਰ ਜੁਆਇਨ ਕਰ ਲਓ ਤੇ ਮੈਨੂੰ WhatsApp ਦੇ ਉੱਤੇ ਮੈਸੇਜ ਜ਼ਰੂਰ ਕਰ ਲਓ ਤਾਂ ਜੋ ਇਸ ਪੇਪਰ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦਾ ਜੋ ਵੀ ਅਪਡੇਟ ਹੋਊਗਾ ਉਹ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮੇਰੇ ਸਟੇਟਸ ਦੇ ਵਿੱਚ WhatsApp ਦੇ ਉੱਤੇ ਮਿਲ ਜੂਗੀ ਅਤੇ ਟੈਲੀਗ੍ਰam ਦੇ ਵਿੱਚ ਮਿਲ ਜੂਗੀ ਟੈਲੀਗ੍ਰam ਦੇ ਉੱਤੇ GK facts ਸਰਚ ਕਰਕੇ ਤੁਸੀਂ ਜੁਆਇਨ ਕਰ ਲਿਓ ਜੋ ਵੀ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਣਗੇ ਉਹ ਸਾਰੇ ਮੈਂ ਟੈਲੀਗ੍ਰam ਦੇ ਉੱਤੇ ਪਾ ਦਿਆ ਕਰੂੰਗਾ ਡੇਲੀ ਠੀਕ ਹੈ ਕਿਉਂਕਿ ਸ਼ਿਫਟਾਂ ਦੇ ਵਿੱਚ ਡੇਲੀ ਪੇਪਰ ਇਹ ਹੈ ਹੋਣਾ ਹੈ ਅਲੱਗ-ਅਲੱਗ ਸ਼ਿਫਟਾਂ ਦੇ ਵਿੱਚ ਸੋ ਸਾਰੇ ਜਣੇ ਜਰੂਰ ਜੁਆਇਨ ਕਰਿਓ ਤੇ ਜਿਹੜੇ ਸਟੂਡੈਂਟ ਪੀਡੀਐਫ ਲੈਣਾ ਚਾਹੁੰਦੇ ਆ ਉਹ ਪੀਡੀਐਫ ਦੇ ਰਿਵਿਊ ਦੇਖ ਸਕਦੇ ਆ ਠੀਕ ਹੈ ਸਿਲੇਬਸ ਦੇ ਅਕੋਰਡਿੰਗ ਇਹ ਪੀਡੀਐਫ ਤਿਆਰ ਕੀਤੀ ਹੈ ਸਪੈਸ਼ਲੀ ਇੱਕ ਬੁੱਕ ਦੀ ਤਰ੍ਹਾਂ ਇਹ ਪੀਡੀਐਫ ਹੈ 2200 ਦੇ ਵਿੱਚ ਤੁਹਾਨੂੰ ਇਹ ਪੀਡੀਐਫ ਮਿਲ ਜੂਗੀ ਮੇਰੇ ਇਸ ਨੰਬਰ ਦੇ ਉੱਤੇ ਜੋ ਸਕਰੀਨ ਦੇ ਉੱਤੇ ਆ ਰਿਹਾ 2200 ਸੈਂਡ ਕਰਕੇ ਤੁਸੀਂ ਲੈ ਸਕਦੇ ਆ ਜਿਸਦੇ ਵੀ ਤੁਹਾਨੂੰ ਪ੍ਰੈਕਟਿਸ ਲਈ ਮੋਕ ਟੈਸਟ ਵੀ ਮਿਲੂਗੇ ਪਲੱਸ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਵੀ ਮਿਲੂਗੇ ਠੀਕ ਹੈ ਸੋ ਇਸ ਦਾ ਸਕਰੀਨਸ਼ਾਟ ਲੈ ਲਓ ਜੇ ਪੀਡੀਐਫ ਲੈਣੀ ਹੈ ਤਾਂ ਨੰਬਰ ਦੇ ਉੱਤੇ ਮੈਸੇਜ ਕਰਕੇ ਲੈ ਲਿਓ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਅਲੱਗ-ਅਲੱਗ ਸੈਕਸ਼ਨਾਂ ਦੀ ਕਿਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਅਲੱਗ-ਅਲੱਗ ਸੈਕਸ਼ਨਾਂ ਦੇ ਵਿੱਚ ਆਏ ਤੇ ਕਿਹੜਾ ਸੈਕਸ਼ਨ ਈਜ਼ੀ ਸੀ ਕਿਹੜਾ ਟਫ ਸੀ ਉਹ ਵੀ ਮੈਂ ਤੁਹਾਨੂੰ ਦੱਸੂਗਾ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਜੀਕੇ 35 ਨੰਬਰ ਦੀ ਜੀਕੇ ਤੁਹਾਨੂੰ ਆਉਣੀ ਸੀ ਪੇਪਰ ਦੇ ਵਿੱਚ ਠੀਕ ਹੈ ਜਿਸ ਵਿੱਚੋਂ ਲਗਭਗ 12 ਕੁਐਸਚਨ ਤੁਹਾਨੂੰ ਕਰੰਟ ਅਫੇਅਰ ਦੇ ਆਏ ਆ ਠੀਕ ਹੈ 12 ਕੁਐਸਚਨ ਸਿਰਫ ਕਰੰਟ ਅਫੇਅਰ ਦੇ ਆਏ ਆ ਤੇ ਕਰੰਟ ਅਫੇਅਰ ਵੀ 2020 ਅਤੇ 22 ਦੀ ਜ਼ਿਆਦਾਤਰ 2020 ਤੋਂ ਲੈ ਕੇ 22 ਤੱਕ ਦੀ ਜ਼ਿਆਦਾਤਰ ਕਰੰਟ ਅਫੇਅਰ ਆ ਰਹੀ ਹੈ ਮਤਲਬ ਕਿ ਪੁਰਾਣੇ ਆ ਰਹੇ ਆ ਕਰੰਟ ਦੇ ਕੁਸ਼ਨ ਠੀਕ ਹੈ ਨਵੇਂ ਕੁਸ਼ਨ ਬਹੁਤ ਘੱਟ ਆ ਰਹੇ ਆ 23 ਦੇ ਵੀ ਆਏ ਆ ਪਰ ਘੱਟ ਆ ਰਹੇ ਆ ਸੋ ਆਖਰੀ 3 ਸਾਲ ਦੀ ਕਰੰਟ ਅਫੇਅਰ ਤੁਹਾਨੂੰ ਪੜਨੀ ਹੀ ਪੈਣੀ ਜਿਨ੍ਹਾਂ ਨੇ ਅੱਗੇ ਪੇਪਰ ਦੇਣਾ ਹੈ ਉਸ ਤੋਂ ਇਲਾਵਾ ਪੋਲਿਟੀ ਦੇ ਕੁਸ਼ਨ ਆ ਰਹੇ ਆ ਠੀਕ ਹੈ ਆਰਟੀਕਲ ਨਾਲ ਰਿਲੇਟਡ ਕੁਸ਼ਨ ਆ ਰਹੇ ਆ ਮਾਡਰਨ ਹਿਸਟਰੀ ਦੇ 4-5 ਕੁਸ਼ਨ ਆਏ ਹੋਏ ਆ ਪੇਪਰ ਦੇ ਵਿੱਚ ਠੀਕ ਹੈ ਬਾਕੀ ਪੰਜਾਬ ਜੀਕੇ ਦੇ ਕੁਐਸਚਨ 35 ਵਿੱਚੋਂ ਘੱਟ ਆ ਰਹੇ ਆ ਠੀਕ ਹੈ ਪੰਜਾਬ ਜੀਕੇ ਦੇ ਜਿਆਦਾ ਕੁਐਸਚਨ ਹੋਣੇ ਚਾਹੀਦੇ ਆ ਪਰ ਪੰਜਾਬ ਜੀਕੇ ਦੇ ਕੁਐਸਚਨ ਘੱਟ ਆ ਰਹੇ ਆ ਠੀਕ ਹੈ ਸੋ ਕਰੰਟ ਅਫੇਅਰ ਦੇ ਟੋਟਲ 12 ਕੁਐਸਚਨ ਸਭ ਤੋਂ ਜਿਆਦਾ ਕਰੰਟ ਅਫੇਅਰ ਦੇ ਕੁਐਸਚਨ ਆ ਰਹੇ ਆ ਇਹਨਾਂ 35 ਵਿੱਚੋਂ ਬਾਕੀ ਪੋਲਿਟੀ ਮਾਡਰਨ ਹਿਸਟਰੀ ਤੇ ਪੰਜਾਬ ਜੀਕੇ ਠੀਕ ਹੈ ਹੁਣ ਅੱਪਾ ਗੱਲ ਕਰਦੇ ਆ ਇੰਗਲਿਸ਼ ਅੱਗੇ ਮੈਂ ਤੁਹਾਨੂੰ ਕੁਐਸਚਨ ਵੀ ਦਿਖਾਉਂਗਾ ਅਲੱਗ-ਅਲੱਗ ਸੈਕਸ਼ਨਾਂਾਂ ਦੇ ਕਿਸ ਤਰ੍ਹਾਂ ਦੇ ਆਏ ਆ ਤੁਹਾਨੂੰ ਆਈਡੀਆ ਜਾ ਲੱਗ ਜਾਊਗਾ ਇੰਗਲਿਸ਼ ਦਾ ਲੈਵਲ ਵੀ ਓਲਡ ਜੋ ਪੈਟਰਨ ਹੈ ਉਸ ਦੇ ਅਕੋਰਡਿੰਗ ਸੀ ਤੇ ਈਜ਼ੀ ਸੀ ਇਹ ਵੀ ਕੰਪਿਊਟਰ ਕੰਪਿਊਟਰ ਕਾਫੀ ਈਜ਼ੀ ਸੀ ਇਸ ਦੇ ਕੁਐਸਚਨ ਅੱਗੇ ਦਿਖਾਉਂਗਾ ਪੰਜਾਬੀ ਗ੍ਰਾਮਰ ਵੀ ਕਾਫੀ ਈਜ਼ੀ ਸੀ ਠੀਕ ਹੈ ਮੈਥ ਦੇ ਕੁਝ ਕੁਐਸਚਨ ਆਊਟ ਆਫ ਸਿਲੇਬਸ ਆਏ ਆ ਮਤਲਬ ਜੋ ਸਿਲੇਬਸ ਦੇ ਵਿੱਚ ਟੌਪਿਕ ਨਹੀਂ ਦਿੱਤੇ ਗਏ ਸੀ ਇੱਕ ਦੋ ਕੁਐਸਚਨ ਉਸ ਤਰ੍ਹਾਂ ਦੇ ਆ ਗਏ ਰੀਜ਼ਨਿੰਗ ਦਾ ਲੈਵਲ ਵਧੀਆ ਸੀ ਜਿੰਨੀ ਮੇਰੀ ਸਟੂਡੈਂਟਸ ਨਾਲ ਗੱਲ ਹੋਈ ਹੈ ਰੀਜ਼ਨਿੰਗ ਕਾਫੀ ਆਸਾਨ ਆਈ ਪੇਪਰ ਦੇ ਵਿੱਚ ਠੀਕ ਹੈ ਮਤਲਬ ਜਿਨ੍ਹਾਂ ਨੇ ਮੈਥ ਵੀ ਠੀਕ ਸੀ ਜਿਨ੍ਹਾਂ ਨੇ ਤਿਆਰੀ ਕੀਤੀ ਹੈ ਉਹ ਵਧੀਆ ਨੰਬਰ ਲੈ ਸਕਦਾ ਸੀ ਮੈਥ ਦੇ ਵਿੱਚ ਠੀਕ ਹੈ ਰੀਜਨਿੰਗ ਤਾਂ ਸਾਰੇ ਕਰ ਹੀ ਸਕਦੇ ਸੀ ਜਿਨ੍ਹਾਂ ਨੇ ਥੋੜੀ ਬਹੁਤੀ ਕਰੀ ਹੈ ਮਤਲਬ ਹਰੇਕ ਟੋਪਿਕ ਨੂੰ ਟੋਪਿਕ ਨੂੰ ਟੱਚ ਕਰਿਆ ਹੋਇਆ ਠੀਕ ਹੈ ਸੋ ਆਲ ਓਵਰ ਜੋ ਪੇਪਰ ਹੈ ਇਹ ਨਾ ਆਪਾਂ ਜਿਆਦਾ ਈਜ਼ੀ ਕਹਿ ਸਕਦੇ ਹਾਂ ਨਾ ਹੀ ਜਿਆਦਾ ਟਫ ਕਹਿ ਸਕਦੇ ਹਾਂ ਠੀਕ ਹੈ ਸੋ ਇੱਕ ਦੋ ਗੱਲਾਂ ਹੋ ਡਿਪੈਂਡ ਕਰਦੀਆਂ ਇੱਥੇ ਇੱਕ ਤਾਂ ਪਹਿਲਾਂ ਜਿਹੜਾ ਤੁਹਾਡਾ ਪੇਪਰ ਹੁੰਦਾ ਸੀ ਉਹ ਹੁੰਦਾ ਸੀ ਆਫਲਾਈਨ ਠੀਕ ਹੈ OMR ਸ਼ੀਟ ਦੇ ਉੱਤੇ ਪੇਪਰ ਹੁੰਦਾ ਸੀ ਇਸ ਵਾਰ ਹੋ ਗਿਆ ਔਨਲਾਈਨ ਠੀਕ ਹੈ ਸੋ ਇਹ ਗੱਲਾਂ ਵੀ ਥੋੜੀਆਂ ਜੀਆਂ ਮੈਟਰ ਕਰਦੀਆਂ ਕਿਉਂਕਿ ਅਲੱਗ-ਅਲੱਗ ਸੈਕਸ਼ਨ ਤੁਸੀਂ ਵਾਰ-ਵਾਰ ਖੋਲ ਕੇ ਦੇਖਣੇ ਹੁੰਦੇ ਆ ਕੋਈ ਕੁਐਸਚਨ ਤੁਹਾਨੂੰ ਇੰਗਲਿਸ਼ ਦੇ ਵਿੱਚ ਸਮਝ ਨਹੀਂ ਆਉਂਦਾ ਤਾਂ ਉਸ ਨੂੰ ਪੰਜਾਬੀ ਦੇ ਵਿੱਚ ਕਰਕੇ ਤੁਸੀਂ ਦੇਖਦੇ ਆ ਸੋ ਬਹੁਤ ਗੱਲਾਂ ਇਹ ਔਨਲਾਈਨ ਜੋ ਪੇਪਰ ਹੁੰਦਾ ਉਸ ਦੇ ਵਿੱਚ ਹੋ ਜਾਂਦੀਆਂ ਏ ਠੀਕ ਹੈ ਮੈਰਿਟ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਪਰ ਇੱਕ ਸ਼ਿਫਟ ਤੋਂ ਆਪਾਂ ਮੈਰਿਟ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਫਿਰ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ ਤੇ ਇੱਕ ਹੋਰ ਜਿਹੜਾ ਕੁਐਸਚਨ ਪੁੱਛਿਆ ਜਾ ਰਿਹਾ ਸੀ ਕਿ ਪੰਜਾਬੀ ਦਾ ਪੇਪਰ ਨਾਲ ਹੋ ਰਿਹਾ ਬਿਲਕੁਲ ਪੰਜਾਬੀ ਦਾ ਪੇਪਰ ਨਾਲ ਹੀ ਹੋ ਰਿਹਾ ਏ ਠੀਕ ਹੈ ਇੱਕੋ ਟਾਈਮ ਦੇ ਉੱਤੇ ਤੁਹਾਡੇ ਦੋਨੋਂ ਪੇਪਰ ਹੋ ਰਹੇ ਆ ਇਹ ਤੇ ਤੁਸੀਂ ਐਡਮਿਟ ਕਾਰਡ ਆਪਣਾ ਲੈ ਕੇ ਜਾਣਾ ਐਗਜ਼ਾਮ ਸੈਂਟਰ ਦੇ ਵਿੱਚ ਨਾਲ ਆਪਣਾ ਆਧਾਰ ਕਾਰਡ ਇਸ ਤੋਂ ਇਲਾਵਾ ਕੋਈ ਵੀ ਚੀਜ਼ ਨਹੀਂ ਲੈ ਕੇ ਜਾਣੀ ਕੋਈ ਮੈਟਲ ਦੀ ਚੀਜ਼ ਕੋਈ ਗਹਿਣੇ ਵਗੈਰਾ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਲੈ ਕੇ ਜਾਣਾ ਠੀਕ ਹੈ ਬਾਕੀ ਇਨਸਟਰਕਸ਼ਨਸ ਐਡਮਿਟ ਕਾਰਡ ਦੇ ਉੱਤੇ ਪੜ ਲਿਓ ਜਿਨ੍ਹਾਂ ਨੇ ਵੀ ਅੱਗੇ ਪੇਪਰ ਦੇਣਾ ਹੈ ਚਲੋ ਹੁਣ ਕੁਝ ਕੁਐਸਚਨ ਦਿਖਾਉਣਾ ਮੈਂ ਤੁਹਾਨੂੰ ਜੋ ਪੇਪਰ ਵਿੱਚ ਪੁੱਛੇ ਗਏ ਅ ਸਭ ਤੋਂ ਪਹਿਲਾਂ ਤੁਸੀਂ ਮੈਥ ਐਂਡ ਰੀਜ਼ਨਿੰਗ ਦੇ ਟੌਪਿਕ ਦੇਖ ਸਕਦੇ ਆਂ ਟਾਈਮ ਐਂਡ ਵਰਕ ਚੋਂ ਕੁਐਸਚਨ ਪੁੱਛੇ ਗਏ ਸਿੰਪਲੀਫਿਕੇਸ਼ਨ ਦੇ ਕੁਐਸਚਨ ਪੁੱਛੇ ਗਏ ਠੀਕ ਹੈ ਗ੍ਰਾਫ ਦੇ ਕੁਐਸਚਨ ਆਏ ਸੀ ਟਾਈਮ ਐਂਡ ਡਿਸਟੈਂਸ ਹੋ ਗਿਆ ਪਜ਼ਲ ਹੋ ਗਿਆ ਠੀਕ ਹੈ ਨੰਬਰ ਸੀਰੀਜ਼ ਹੋ ਗਿਆ ਠੀਕ ਹੈ ਇਹ ਸਾਰੇ ਕੁਐਸਚਨ ਤੁਸੀਂ ਦੇਖ ਲਓ ਸੀਟਿੰਗ ਅਰੇਂਜਮੈਂਟ ਦੇ ਸਭ ਤੋਂ ਜ਼ਿਆਦਾ ਕੁਐਸਚਨ ਆਏ ਹੋਏ ਆ ਪ੍ਰੋਫਿਟ ਲਾਸ ਦੇ ਆਗੇ 파ਟਨਰਸ਼ਿਪ ਦੇ ਕੁਐਸਚਨ ਆ ਗਏ ਠੀਕ ਹੈ ਸਿੰਪਲ ਇੰਟਰਸਟ ਦੇ ਕੁਐਸਚਨ ਪੁੱਛੇ ਗਏ ਆ ਠੀਕ ਹੈ ਅ ਬਾਕੀ ਆ ਦੇਖ ਲਓ ਜੀਕੇ ਦੇ ਜਿਵੇਂ ਮੈਂ ਪਹਿਲਾਂ ਦੱਸਿਆ ਹੀ ਹੈ ਕਿ ਪੋਲਿਟੀ ਦੇ ਕੁਐਸਚਨ ਆਏ ਆ ਮਾਡਰਨ ਹਿਸਟਰੀ ਦੇ ਸਭ ਤੋਂ ਜ਼ਿਆਦਾ ਕਰੰਟ ਅਫੇਅਰ ਦੇ ਕੁਐਸਚਨ ਆਏ ਆ ਪੰਜਾਬ ਜੀਕੇ ਦੇ ਘੱਟ ਕੁਐਸਚਨ ਆਏ ਆ ਜਦਕਿ ਪੰਜਾਬ ਜੀਕੇ ਦੇ ਕੁਐਸਚਨ ਜ਼ਿਆਦਾ ਆਉਣੇ ਚਾਹੀਦੇ ਸੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਹਰੇਕ ਸ਼ਿਫਟ ਵਿੱਚ ਇਹੀ ਪੈਟਰਨ ਰਹੂਗਾ ਹੋ ਸਕਦਾ ਕਿਸੇ ਸ਼ਿਫਟ ਵਿੱਚ ਪੰਜਾਬ ਜੀ ਕੇ ਦੇ ਕੁਸ਼ਚਨ ਜ਼ਿਆਦਾ ਆ ਜਾਣ ਤੇ ਕਰੰਟ ਅਫੇਅਰ ਦੇ 12 ਦੀ ਬਜਾਏ 8 ਕੁਸ਼ਚਨ ਹੀ ਰਹਿ ਜਾਣ ਠੀਕ ਹੈ ਸੋ ਇਸ ਅਕੋਰਡਿੰਗ ਆਪਣੀ ਤਿਆਰੀ ਤੁਸੀਂ ਸਿਲੇਬਸ ਦੇ ਅਕੋਰਡਿੰਗ ਕਰਦੇ ਰਹੋ ਆਪਣੀ ਤਿਆਰੀ ਠੀਕ ਹੈ ਜੀ ਕੇ ਦੇ ਕੁਸ਼ਚਨ ਜੀਵ ਗਾਂਧੀ ਖੇਲ ਰਤਨ ਅਵਾਰਡ ਨਾਲ ਰਿਲੇਟਡ ਕੁਸ਼ਚਨ ਪੁੱਛਿਆ ਗਿਆ ਠੀਕ ਹੈ ਬਾਬਰ ਬਾਰੇ ਹਿਸਟਰੀ ਵਿੱਚ ਕੁਐਸਚਨ ਆਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸੰਬੰਧੀ ਕੁਐਸਚਨ ਪੁੱਛਿਆ ਗਿਆ ਔਲਟੀ ਦਾ ਆਰਟੀਕਲ 15 ਨਾਲ ਰਿਲੇਟਡ ਕੁਐਸਚਨ ਪੁੱਛਿਆ ਗਿਆ ਠੀਕ ਹੈ ਤੇ ਇੱਕ ਜੀਕੇ ਦਾ ਪੰਜਾਬ ਜੀਕੇ ਨਾਲ ਸੰਬੰਧਿਤ ਕੁਐਸਚਨ ਆਇਆ ਕਰੰਟ ਅਫੇਅਰ ਦਾ ਪੰਜਾਬ ਦੀ ਸੈਕਸ ਰੇਸ਼ੋ ਬਾਰੇ ਕੁਐਸਚਨ ਪੁੱਛਿਆ ਗਿਆ 2023 ਠੀਕ ਹੈ ਮਾਰਚ 2023 ਦੀ ਪੰਜਾਬ ਦੀ ਸੈਕਸ ਰੇਸ਼ੋ ਕੀ ਹੈ ਇਹ ਕੁਐਸਚਨ ਆਇਆ ਹੋਇਆ ਹੈ ਬਾਕੀ ਇੰਗਲਿਸ਼ ਦੇ ਦੇਖ ਲਓ 에ਰਰ ਨਾਲ ਰਿਲੇਟਡ ਕੁਐਸਚਨ ਆਏ ਹੋਏ ਹਨ ਪੈਰਾਗ੍ਰਾਫ ਦੇ ਕੁਐਸਚਨ ਆਏ ਹੋਏ ਹਨ ਪੈਸੇ ਜਾਇਆ ਹੋਇਆ ਠੀਕ ਹੈ ਮਤਲਬ ਪੈਰੇ ਚੋ ਕੁਐਸਚਨ ਲੱਭ ਕੇ ਕਰਨੇ ਠੀਕ ਹੈ ਬਾਕੀ ਕੰਪਿਊਟਰ ਦੀ ਪੀਡੀਏ ਦੀ ਫੁੱਲ ਫਾਰਮ ਆਈ ਹੋਈ ਹੈ ਜੋ ਤੁਹਾਡੀ ਮੈਂ ਪੀਡੀਐਫ ਬਣਾਈ ਉਸ ਦੇ ਵਿੱਚ ਫੁੱਲ ਫਾਰਮ ਸਾਰੀਆਂ ਦਿੱਤੀਆਂ ਹੋਈਆਂ ਤੁਹਾਡੇ ਲਈ ਜੋ ਪੀਡੀਏ ਬਣਾਈ ਹੋਈ ਹੈ ਈਮੇਲ ਨਾਲ ਰਿਲੇਟਡ ਕੁਐਸਚਨ ਆਏ ਹੋਏ ਆ ਠੀਕ ਹੈ ਸ਼ੋਰਟਕਟ ਕੀ ਹੋ ਗਿਆ ਕੰਪਿਊਟਰ ਕਾਫੀ ਆਸਾਨ ਸੀ ਠੀਕ ਹੈ ਜਿਨ੍ਹਾਂ ਨੇ ਵੀ ਪੜਿਆ ਹੋਇਆ ਸਾਰੇ ਉਹਨਾਂ ਦੇ ਸਹੀ ਕਰਤੇ ਹੋਣੇ ਉਹਨਾਂ ਨੇ ਠੀਕ ਹੈ ਸੋ ਮੈਂ ਤਾਂ ਇਹ ਗੋਸ਼ਨ ਆਇਆ ਹੋਇਆ ਸੀ ਬਾਕੀ ਰੀਜ਼ਨਿੰਗ ਦਾ ਦੇਖ ਲਓ ਕੁਐਸਚਨ ਤੁਹਾਡੇ ਸਾਹਮਣੇ ਆ ਨੰਬਰ ਸੀਰੀਜ਼ ਦਾ ਇਸ ਦਾ ਸੋਲੂਸ਼ਨ ਵੀ ਮੈਂ ਦੇ ਦਿੱਤਾ ਏ ਠੀਕ ਹੈ ਸੋ ਇਸ ਤਰ੍ਹਾਂ ਦੇ ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ ਆ ਰਹੇ ਆ ਠੀਕ ਹੈ ਸੋ ਮਿਲਿਆ ਜੁਲਿਆ ਪੇਪਰ ਆ ਰਿਹਾ ਨਾ ਆਪਾਂ ਜਿਆਦਾ ਈਜ਼ੀ ਕਹਿ ਸਕਦੇ ਆ ਨਾ ਹੀ ਜਿਆਦਾ ਟਫ ਕਹਿ ਸਕਦੇ ਆ ਨਾ ਜਿਆਦਾ ਸੌਖਾ ਨਾ ਹੀ ਔਖਾ ਸੋ ਤੁਸੀਂ ਹੁਣ ਕੀ ਕਰਨਾ ਹੈ ਕਰੰਟ ਅਫੇਅਰ ਆ ਜਿਹੜੇ ਉਹ 2000 20 ਤੋਂ ਲੈ ਕੇ 2023 ਤੱਕ ਦੇ ਪੜਨੇ ਆ ਠੀਕ ਹੈ ਇੰਨਾ ਕੁ ਤਾਂ ਆਈਡੀਆ ਹੋ ਗਿਆ ਕਿ 2023 ਦੇ ਕਰੰਟ ਅਫੇਅਰ ਜ਼ਿਆਦਾ ਨਹੀਂ ਆਉਣੇ ਜ਼ਿਆਦਾਤਰ 2022 ਦੇ ਕਰੰਟ ਅਫੇਅਰ ਤੁਹਾਨੂੰ ਪੇਪਰ ਦੇ ਵਿੱਚ ਆ ਰਹੇ ਆ ਠੀਕ ਹੈ ਬਾਕੀ ਪੋਲਿਟੀ ਵਗੈਰਾ ਦੇ ਆਰਟੀਕਲ ਵਗੈਰਾ ਪੜ ਲਿਓ ਠੀਕ ਹੈ ਤੇ ਪੰਜਾਬੀ ਦਾ ਜੋ ਪੇਪਰ ਹੈ 50 ਨੰਬਰ ਦਾ ਉਸ ਦੇ ਵਿੱਚ ਕੀ ਕੀ ਆ ਰਿਹਾ ਹੈ ਜਿਹੜਾ ਪੰਜਾਬੀ ਦਾ ਪੇਪਰ ਹੈ ਉਸ ਦੇ ਵਿੱਚ ਤੁਹਾਨੂੰ ਜ਼ਿਆਦਾ 10ਵੀਂ ਲੈਵਲ ਦੀ ਪੰਜਾਬੀ ਵਿਆਕਰਨ ਆ ਰਹੀ ਹੈ ਜਿਵੇਂ ਸਬ ਇਨਸਪੈਕਟਰ ਦੇ ਪੇਪਰ ਵਿੱਚ ਵੀ ਵਿਆਕਰਨ ਆਈ ਹੈ ਤੇ ਜੋ ਮੈਂ ਪੀਡੀਐਫ ਬਣਾਈ ਹੈ ਉਸ ਦੇ ਵਿੱਚ ਮੈਂ ਪੁਰਾਣੇ ਪੇਪਰ ਵੀ ਪਾਏ ਹੋਏ ਆ ਠੀਕ ਹੈ ਸੋ ਉਸ ਤੋਂ ਵੀ ਤੁਸੀਂ ਆਈਡੀਆ ਲੈ ਸਕਦੇ ਆ ਕਿ ਵਿਆਕਰਨ ਦੇ ਕੁਐਸਚਨ ਕਿਸ ਤਰ੍ਹਾਂ ਦੇ ਆ ਰਹੇ ਆ ਬਾਕੀ ਜੇ ਸਬ ਇਨਸਪੈਕਟਰ ਦੀ ਪੀਡੀਐਫ ਤੁਹਾਨੂੰ ਕਿਤੋਂ ਮਿਲ ਗਈ ਤਾਂ ਉਹ ਇੱਕ ਵਾਰੀ ਜ਼ਰੂਰ ਪੜ੍ਹ ਕੇ ਜਾਓ ਪੇਪਰ ਦੇਣ ਤੋਂ ਪਹਿਲਾਂ ਤੇ ਪੰਜਾਬੀ ਵਿਆਕਰਨ ਦੇ ਵਿੱਚ ਸ਼ੁੱਧ ਸ਼ੁੱਧ ਸ਼ਬਦ ਹੋਗੇ ਮੁਹਾਵਰੇ ਹੋਗੇ ਅਖਾਣ ਹੋਗੇ ਵਾਕ ਸ਼ਬਦ ਨਾਲ ਰਿਲੇਟਡ ਕੁਐਸਚਨ ਹੋਗੇ ਸੋ ਕਾਫੀ ਆਸਾਨ ਮਤਲਬ ਪੰਜਾਬ ਦਾ ਜੋ ਪੰਜਾਬੀ ਦਾ ਜੋ ਪੇਪਰ ਹੈ ਪੰਜਾਬ ਜੀ ਕੇ ਪੰਜਾਬੀ ਵਿਆਕਰਨ ਉਹ ਕਾਫੀ ਆਸਾਨ ਆ ਰਹੀ ਹੈ ਠੀਕ ਹੈ ਪਰ ਉਸ ਨੂੰ ਵੀ ਪੜਨਾ ਤੁਸੀਂ ਐਵੇਂ ਨਹੀਂ ਹੈ ਕਿ ਉਹ ਪੇਪਰ ਤੁਹਾਡਾ ਬਿਨਾ ਪੜੇ ਤੋਂ ਕਲੀਅਰ ਹੋ ਜਾਊਗਾ ਪਰ ਪੰਜਾਬੀ ਵਿਆਕਰਨ ਵੀ ਤੁਹਾਨੂੰ ਪੜਨੀ ਹੀ ਪੈਣੀ ਤਾਂ ਹੀ ਤੁਸੀਂ ਕਲੀਅਰ ਕਰ ਸਕੋਗੇ ਪੰਜਾਬ ਵਿੱਚੋਂ 25 ਨੰਬਰ ਲੈਣੇ ਜ਼ਰੂਰੀਆਂ ਉਸ ਦੇ ਵਿੱਚ ਠੀਕ ਹੈ ਸੋ ਮੈਰਿਟ ਦੀ ਜੇ ਹੁਣ ਆਪਾਂ ਗੱਲ ਕਰੀਏ ਮੈਰਿਟ ਕਿੰਨੀ ਕੁ ਜਾ ਸਕਦੀ ਹੈ ਮੈਰਿਟ ਦਾ ਅੰਦਾਜ਼ਾ ਸਿਰਫ ਇੱਕ ਸ਼ਿਫਟ ਤੋਂ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਸਤੰਬਰ ਤੱਕ ਤੁਹਾਡਾ ਇਹ ਪੇਪਰ ਚੱਲਣਾ ਹੈ ਪਰ ਇੱਕ ਸ਼ਿਫਟ ਤੋਂ ਮੈਨੂੰ ਇੰਨਾ ਅੰਦਾਜ਼ਾ ਜ਼ਰੂਰ ਲੱਗ ਗਿਆ ਕਿਉਂਕਿ ਪੇਪਰ ਵੀ ਕੰਪਿਊਟਰ ਦੇ ਉੱਤੇ ਹੋ ਰਿਹਾ ਹੈ ਕਿ ਪਹਿਲਾਂ ਨਾਲੋਂ ਥੋੜਾ ਜਿਹਾ ਮੈਰਿਟ ਦਾ ਫਰਕ ਰਹਿ ਸਕਦਾ ਹੈ ਡਾਊਨ ਪਹਿਲਾਂ ਨਾਲੋਂ ਮੈਰਿਟ ਤੁਹਾਡੀ ਜਾਊਗੀ ਜੋ ਮੈਂ ਹੁਣ ਤੱਕ ਐਨਲਾਈਜ਼ ਕੀਤਾ ਹੈ ਬਾਕੀ ਹੋਰ 5-7 ਦਿਨਾਂ ਦੇ ਵਿੱਚ ਕਹਾਣੀ ਪੂਰੀ ਕਲੀਅਰ ਹੋ ਜੂਗੀ ਕਿ ਮੈਰਿਟ ਕਿਸ ਤਰ੍ਹਾਂ ਦੀ ਜਾਊਗੀ ਠੀਕ ਹੈ ਸੋ ਕਈਆਂ ਨੇ ਤਾਂ ਬਹੁਤ ਜ਼ਿਆਦਾ ਡੀਪਲੀ ਤਿਆਰੀ ਕਰੀ ਇਸ ਪੇਪਰ ਦੀ ਫਿਰ ਵੀ ਉਹਨਾਂ ਦਾ ਪੇਪਰ ਠੀਕ ਠਾਕ ਹੋਇਆ ਮਤਲਬ ਉਹ ਇੰਨਾ ਜ਼ਿਆਦਾ ਸ਼ੋਰ ਨਹੀਂ ਹੈਗੇ ਕਿ ਹਾਂ ਸਾਡਾ ਨਾਮ ਮੈਰਿਟ ਦੇ ਵਿੱਚ ਆ ਜਾਊਗਾ ਉਸ ਦਾ ਕਾਰਨ ਇਹ ਹੈ ਕਿ ਪੇਪਰ ਸਾਰਿਆਂ ਲਈ ਬਰਾਬਰ ਆਇਆ ਜੇ ਕਰੰਟ ਅਫੇਅਰ ਤੁਹਾਨੂੰ ਪੁਰਾਣੇ ਆ ਗਏ ਤਾਂ ਸਭ ਨੂੰ ਪੁਰਾਣੇ ਹੀ ਆਏ ਹਨ ਠੀਕ ਹੈ ਸੋ ਇਸ हिसाब ਨਾਲ ਜੇ ਆਪਾਂ ਇਹਨਾਂ ਗੱਲਾਂ ਨੂੰ ਐਨਲਾਈਜ਼ ਕਰੀਏ ਤਾਂ ਮੈਰਿਟ ਪਹਿਲਾਂ ਨਾਲੋਂ ਡਾਊਨ ਜਾਊਗੀ ਕਿਉਂਕਿ ਪਹਿਲਾਂ ਤਾਂ ਕਾਫੀ ਹਾਈ ਗਈ ਸੀ ਮੈਰਿਟ ਠੀਕ ਹੈ ਸੋ ਇਸ ਵਾਰ ਡਾਊਨ ਜਾਣ ਦੇ ਚਾਂਸ ਹੈ ਮੈਰਿਟ ਦੇ ਬਾਕੀ ਅਲੱਗ-ਅਲੱਗ ਸ਼ਿਫਟਾਂ ਦਾ ਜਿਵੇਂ ਵੀ ਹੋਊਗਾ ਉਹ ਤੁਹਾਨੂੰ ਮੈਂ ਦੱਸ ਦਊਗਾ ਠੀਕ ਹੈ ਧੰਨਵਾਦ